ਜੇ ਆਪ ਹੀ ਚੱਲ ਕੇ ਆ ਗਿਆ ਤੇ ਫੇਰ ਮੈਨੂੰ ਮੇਰੀ ਜੰਮਣ ਵਾਲੀ ਵੀ ਸੋਈ, ਅੱਜ ਤੇਰੀ ਲਾਸ਼ ਤੇ ਤੇਰੀ ਜੰਮਣ ਵਾਲੀ ਵੀ ਵਹਿਣ ਪਾਉਣ ਵਾਸਤੇ ਨਹੀਂ ਆਏਗੀ। ਅਸਲਾਮ ਅਲੈਕੁਮ ਨਾਜ਼ਰੀਨ, ਮੈਂ ਹਾਂ ਤਾਰਕ ਸਾਨੀ ਤੇ ਤੁਸੀਂ ਵੇਖ ਰਹੇ ਹੋ ਮੇਰਾ ਯੂਟਿਊਬ ਚੈਨਲ ਰੈਬਰ ਇੰਟਰਟੇਨਮੈਂਟ ਪਲੱਸ। ਅੱਜ ਜਿਹੜੀ ਫਿਲਮ ਮੈਂ ਲੈ ਕੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋ ਰਿਹਾ, ਉਸ ਫਿਲਮ ਦਾ ਨਾਂ ਹੈ ਪਾਈਆਂ ਬਾਜਨਾ ਜੋੜੀਆਂ। 22 ਜਨਵਰੀ 1971 ਵਿੱਚ ਰਿਲੀਜ਼ ਹੋਣ ਵਾਲੀ ਫਿਲਮ, ਇੱਕ ਸੋਸ਼ਲ ਮੌਜੂ ਤੇ ਬਣਾਈ ਗਈ ਬਲੈਕ ਐਂਡ ਵਾਈਟ ਐਵਰੇਜ ਫਿਲਮ ਸੀ। ਇਸ ਫਿਲਮ ਨੂੰ ਪਾਈ ਪਾਈ ਪ੍ਰੋਡਕਸ਼ਨ ਨੇ ਰਿਲੀਜ਼ ਕੀਤਾ ਸੀ ਤੇ ਇਸ ਫਿਲਮ ਦਾ ਟਾਈਟਲ ਸੁਲਤਾਨ ਰਾਈ ਤੇ ਇਕਬਾਲ ਹਸਨ ਨੇ ਅਦਾ ਕੀਤਾ ਹੈ। ਇਸ ਫਿਲਮ ਵਿੱਚ ਸੁਲਤਾਨ ਰਾਈ ਨੇ ਸੈਕੰਡ ਹੀਰੋ ਦਾ ਰੋਲ ਅਦਾ ਕੀਤਾ ਹੈ ਤੇ ਉਹ ਦੌਰ ਸੀ ਜਿਸ ਦੌਰ ਵਿੱਚ ਸੁਲਤਾਨ ਰਾਈ ਉੱਭਰ ਕੇ ਸਾਹਮਣੇ ਆ ਰਹੇ ਸਨ। ਅਦਾਕਾਰ ਸੁਲਤਾਨ ਰਾਈ, ਇਕਬਾਲ ਹਸਨ, ਸਲੋਨੀ, ਰੁਖਸਾਨਾ, ਅਸਦ ਬੁਖਾਰੀ, ਮਦਰ ਸ਼ਾਹ, ਜੱਗੀ ਮਲਕ, ਸਲਮਾ ਮੁਮਤਾਜ਼, ਹਦਾਇਤ ਨਿਆਜ਼ ਅਹਿਮਦ, ਫਿਲਮਸਾਜ਼ ਅਜ਼ੀਜ਼ ਮਿਰਜ਼ਾ, ਮੁਸੰਨਿਫ ਸਈਦ ਗਿਲਾਨੀ ਤੇ ਮਿਊਜ਼ਿਕ ਸਲੀਮ ਇਕਬਾਲ। ਇਸ ਫਿਲਮ ਦਾ ਮੌਜੂ ਹੈ ਜਿਸ ਕੀ ਲਾਠੀ ਉਸ ਕੀ ਬੈਂਸ, ਯਾਨੀ ਕਿ ਜਿਸ ਦੇ ਅੰਦਰ ਤਾਕਤ ਸੀ ਉਹੀ ਰਾਜ ਕਰਦਾ ਸੀ। ਮਜ਼ਰ ਸ਼ਾਹ ਸ਼ੇਰ ਖਾਨ ਹਵੇਲੀ ਤੇ ਹਮਲਾ ਕਰ ਦਿੰਦਾ ਔਰ ਜਾਗੀਰਦਾਰ ਨੂੰ ਕਤਲ ਕਰਨ ਤੋਂ ਬਾਅਦ ਹਵੇਲੀ ਤੇ ਕਬਜ਼ਾ ਕਰ ਲੈਂਦਾ। ਇੱਧਰ ਜਾਗੀਰਦਾਰ ਦਾ ਨੌਕਰ ਬਖਸ਼ੂ ਆਪਣੀ ਮਾਲਕਣ ਤੇ ਉਹਦੇ ਦੋ ਬੱਚੇ ਹੈਦਰ ਤੇ ਨਾਦਰ ਨੂੰ ਲੈ ਕੇ ਹਵੇਲੀ ਚ ਫਰਾਰ ਹੋ ਜਾਂਦਾ ਔਰ ਫਰਾਰ ਹੋਣ ਦੇ ਦੌਰਾਨ ਜਦੋਂ ਸ਼ੇਰ ਖਾਨ ਦੇ ਬੰਦੇ ਉਹਨਾਂ ਦਾ ਪਿੱਛਾ ਕਰਦੇ ਨੇ ਤੇ ਉਹ ਆਪਸ ਵਿੱਚ ਅਲੈਦਾ ਹੋ ਜਾਂਦੇ ਨੇ, ਵਿਛੜ ਜਾਂਦੇ ਨੇ। ਹੈਦਰ ਜਿਹੜਾ ਔਰ ਮਾਂ ਦੇ ਨਾਲ ਚਲਾ ਜਾਂਦਾ ਤੇ ਨਾਦਰ ਨੂੰ ਬਖਸ਼ੂ ਜਿਹੜਾ ਕਿ ਉਹਨਾਂ ਦਾ ਮੁਲਾਜ਼ਮ ਹੁੰਦਾ ਉਹ ਉਹਨਾਂ ਨੂੰ ਲੈ ਜਾਂਦਾ। ਇੱਧਰ ਜਾਗੀਰਦਾਰ ਦਾ ਪੁੱਤਰ ਦਿਲਾਵਰ, ਅਸਦ ਬੁਖਾਰੀ ਤੇ ਉਹਦਾ ਦੋਸਤ ਜੱਗੀ ਮਲਕ ਹੁੰਦੇ ਨੇ। ਖੈਰ ਬੱਚੇ ਜਵਾਨ ਹੋ ਜਾਂਦੇ ਨੇ, ਵਕਤ ਗੁਜ਼ਰ ਜਾਂਦਾ। ਚੌਧਰੀ ਦਿਲਾਵਰ, ਅਸਦ ਬੁਖਾਰੀ ਤੇ ਜੱਗੂ ਜੱਗੀ ਮਲਕ ਨੇ ਆਪਣੇ ਇਲਾਕੇ ਦੇ ਅੰਦਰ, ਆਪਣੇ ਪਿੰਡ ਦੇ ਅੰਦਰ ਜ਼ੁਲਮ ਓ ਸਿਤਮ ਦਾ ਬਾਜ਼ਾਰ ਗਰਮ ਕੀਤਾ ਹੁੰਦਾ ਹੈ। ਪਿੰਡ ਦਾ ਕੋਈ ਵੀ ਘਰ ਐਸਾ ਨਹੀਂ ਜਿਹੜਾ ਉਹਨਾਂ ਦੀ ਸ਼ਰਪਸੰਦੀਆਂ ਤੋਂ ਮਹਿਫੂਜ਼ ਹੁੰਦਾ। ਪਿੰਡ ਦੀ ਹਰ ਕੁੜੀ ਦੀ ਇੱਜ਼ਤ ਨੂੰ ਲੁੱਟਣਾ ਉਹਨਾਂ ਦਾ ਮਹਿਬੂਬ ਮੁਸ਼ਕਲਾਂ ਹੁੰਦਾ ਤੇ ਜਿਹੜੀ ਕੁੜੀ ਉਹਨਾਂ ਨੂੰ ਪਸੰਦ ਆਉਂਦੀ ਉਹ ਉਸ ਨੂੰ ਚੁੱਕ ਕੇ ਲੈ ਆਉਂਦੇ। ਖੈਰ ਮੁਕਾਬਲੇ ਦਾ ਐਲਾਨ ਹੁੰਦਾ ਤੇ ਇਧਰੋਂ ਨਾਦਰ ਤੇ ਹੈਦਰ ਜਿਹੜੇ ਅਲੱਦਾ ਅਲੱਦਾ ਰਹਿ ਰਹੇ ਹੁੰਦੇ ਨੇ ਉਹ ਮੁਕਾਬਲੇ ਵਾਸਤੇ ਨਿਕਲਦੇ ਨੇ ਔਰ ਮਾਂ ਹੈਦਰ ਨੂੰ ਤੇ ਬਖਸ਼ੂ ਨਾਦਰ ਨੂੰ ਇਹ ਵਸੀਅਤ ਕਰਦਾ ਕਿ ਤੂੰ ਇਹ ਮੁਕਾਬਲਾ ਜਿੱਤ ਕੇ ਆਉਣਾ। ਬਦਕਿਸਮਤੀ ਦੇ ਨਾਲ ਮੁਕਾਬਲੇ 'ਚ ਹੈਦਰ ਤੇ ਨਾਦਰ ਦੋਨਾਂ ਦਾ ਟਕਰਾਓ ਹੋ ਜਾਂਦਾ। ਦੋਨੋਂ ਤਾਕਤਵਰ ਹੁੰਦੇ ਨੇ, ਦੋਨੋਂ ਬਹਾਦਰ ਹੁੰਦੇ ਨੇ, ਇੱਕ ਦੂਜੇ ਨੂੰ ਮਾਰ ਮਾਰ ਕੇ ਇਤਨਾ ਮਾਰਦੇ ਨੇ ਕਿ ਦੋਨੋਂ ਬੇਹੋਸ਼ ਹੋ ਜਾਂਦੇ ਨੇ ਤੇ ਪਿੰਡ ਵਿੱਚ ਸ਼ੋਰ ਮੱਚ ਜਾਂਦਾ ਕਿ ਨਾਦਰ ਤੇ ਹੈਦਰ ਮੁਕਾਬਲਾ ਹਾਰ ਗਏ ਨੇ। ਬਖਸ਼ੂ ਨੂੰ ਵੀ ਸਖ਼ਤ ਗੁੱਸਾ ਆਉਂਦਾ ਤੇ ਮਾਂ ਨੂੰ ਵੀ ਸਖ਼ਤ ਗੁੱਸਾ ਆਉਂਦਾ। ਮਾਂ ਨੰਗੇ ਸਰ ਤੇ ਬਖਸ਼ੂ ਆਪਣੀ ਪੱਗ ਲੈ ਕੇ ਪਿੰਡ ਚੋਂ ਨਿਕਲਦਾ।
ਬਦਕਿਸਮਤੀ ਦੇ ਨਾਲ ਰਸਤੇ 'ਚ ਹੈਦਰ ਅਤੇ ਨਾਦਰ ਦਾ ਟਕਰਾਓ ਹੋ ਜਾਂਦਾ, ਉਹਨਾਂ ਦਰਮਿਆਨ ਫਿਰ ਲੜਾਈ ਆਉਂਦੀ ਹੈ। ਇੰਨੀ ਦੇਰ 'ਚ ਮਾਂ ਪਹੁੰਚ ਜਾਂਦੀ ਹੈ, ਇਧਰੋਂ ਬਖਸ਼ੂ ਵੀ ਪਹੁੰਚ ਜਾਂਦਾ। ਬਖਸ਼ੂ ਆਪਣੀ ਮਾਲਕਣ ਨੂੰ ਪਛਾਣ ਲੈਂਦਾ ਅਤੇ ਆਪਣੀ ਮਾਲਕਣ ਨੂੰ ਦੱਸਦਾ ਕਿ ਨਾਦਰ ਉਹਦਾ ਵਿਛੜਿਆ ਪੁੱਤਰ ਹੈ। ਰੱਬ ਦੇ ਵਾਸਤੇ ਮੈਨੂੰ ਮਾਫ਼ ਕਰ ਦੇ ਚਾਚਾ, ਮੈਂ ਮੁਕਾਬਲਾ ਹਾਰਿਆ ਨਹੀਂ, ਇੱਕ ਦੂਜੇ ਪਿੰਡ ਦੇ ਜਵਾਨ ਨੇ ਮੇਰਾ ਰਾਹ ਰੋਕ ਲਿਆ ਸੀ, ਨਹੀਂ ਤਾਂ ਮੈਂ ਦਿਲਾਵਰ ਦੇ ਗਰੂਰ ਦਾ ਸਿਰ ਨੀਵਾਂ ਕਰ ਦੇਣਾ ਸੀ। ਖੈਰ ਉਹ ਸਾਰੇ ਆਪਸ ਵਿੱਚ ਮਿਲ ਜਾਂਦੇ ਨੇ ਤੇ ਮਾਂ ਉਹਨਾਂ ਨੂੰ ਨਸੀਹਤ ਕਰਦੀ ਏ ਕਿ ਕੋਈ ਵੀ ਐਸੀ ਹਰਕਤ ਨਾ ਕਰਨ ਕਿ ਸਾਡਾ ਦੁਸ਼ਮਣ ਖਬਰਦਾਰ ਹੋ ਜਾਏ। ਰਾਤ ਨੂੰ ਨਾਦਰ ਨੂੰ ਖਿਆਲ ਆਉਂਦਾ ਹੈ ਕਿ ਅਗਰ ਮੈਂ ਤੇ ਹੈਦਰ ਮਿਲ ਕੇ ਹਮਲਾ ਕੀਤਾ ਤੇ ਹੋ ਸਕਦਾ ਹੈਦਰ ਨੂੰ ਕੋਈ ਨੁਕਸਾਨ ਪਹੁੰਚ ਜਾਏ। ਉਹ ਰਾਤ ਨੂੰ ਇਕੱਲਾ ਹੀ ਹਵੇਲੀ ਤੇ ਹਮਲਾ ਕਰ ਦਿੰਦਾ। ਇਸ ਹਮਲੇ ਦੇ ਦੌਰਾਨ ਨਾਦਰ ਜ਼ਖਮੀ ਹੋ ਜਾਂਦਾ ਤੇ ਦੁਸ਼ਮਣ ਉਹਨੂੰ ਘੋੜੇ ਤੇ ਬਿਠਾ ਕੇ ਉਹਦੇ ਪਿੰਡ ਦੇ ਵੱਲ ਰਵਾਨਾ ਕਰ ਦਿੰਦੇ ਨੇ। ਜਦੋਂ ਨਾਦਰ ਜ਼ਖਮੀ ਹਾਲਤ ਹੀ ਪਹੁੰਚਦਾ ਤੇ ਹੈਦਰ ਮਾਂ ਤੇ ਬਖਸ਼ੂ ਨੂੰ ਸਖ਼ਤ ਗੁੱਸਾ ਆਉਂਦਾ। ਮਾਂ ਉਸ ਨੂੰ ਕਹਿੰਦੀ ਏ, ਜਾ ਪੁੱਤਰ, ਇਹ ਹੁਣ ਸਹੀ ਵੇਲਾ ਇੰਤਕਾਮ ਲੈਣ ਦਾ। ਹੈਦਰ ਹਵੇਲੀ ਤੇ ਹਮਲਾ ਕਰ ਦਿੰਦਾ ਤੇ ਪਿੰਡ ਦੇ ਬਹੁਤ ਸਾਰੇ ਲੋਕ ਉਹਦੇ ਨਾਲ ਇਸ ਹਮਲੇ ਸ਼ਾਮਿਲ ਹੋ ਜਾਂਦੇ ਨੇ। ਇੱਧਰ ਨਾਦਰ ਨੂੰ ਵੀ ਹੋਸ਼ ਆ ਜਾਂਦਾ ਔਰ ਉਹ ਵੀ ਆਪਣੇ ਭਰਾ ਦੀ ਮਦਦ ਲਈ ਪਹੁੰਚ ਜਾਂਦਾ। ਖੈਰ ਇਸ ਹਮਲੇ ਦੇ ਦੌਰਾਨ ਚੌਧਰੀ ਤੇ ਉਹਦਾ ਪੁੱਤਰ ਕਤਲ ਹੋ ਜਾਂਦੇ ਨੇ ਤੇ ਹਵੇਲੀ ਤੇ ਦੁਬਾਰਾ ਅਸਲ ਵਾਰਸਾਂ ਦਾ ਕਬਜ਼ਾ ਹੋ ਜਾਂਦਾ। ਨਾਜ਼ਰੀਨ, ਤੁਹਾਨੂੰ ਅਗਰ ਇਹ ਮੇਰੀ ਮਾਲੂਮਾਤ ਅੱਛੀ ਲੱਗੀ ਹੋਵੇ ਤੇ ਮੇਰੇ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਤੇ ਸ਼ੇਅਰ ਵੀ ਕਰ ਦਿਓ।